ਇੱਕ ਸਾਡੇ ਬਾਰੇ ਇਹ ਆ, ਸ਼ੇਖਵਾਂ ਸਾਹਿਬ, ਮੈਂ, ਹੋਰ ਵੀ ਸਾਡੇ ਸਾਥੀ ਜਿੰਨੇ ਸਾਰੇ ਨੇ, ਇਹਨਾਂ ਬਾਰੇ ਇਹ ਆ ਵੀ ਤੁਸੀਂ ਜਦੋਂ ਸਰਕਾਰ 'ਚ ਉਦੋਂ ਨਹੀਂ ਬੋਲੇ, ਉਦੋਂ ਨਹੀਂ ਬੋਲੇ ਆਉਂਦੇ ਆ, ਪਰ ਅਸੀਂ ਇਮਾਨਦਾਰੀ ਨਾਲ ਤੁਹਾਨੂੰ ਇਹ ਕਹਿੰਦੇ ਹਾਂ ਵੀ ਅਸੀਂ ਬੋਲਦੇ ਨਹੀਂ ਰਹੇ, ਅਸੀਂ ਉਹਨਾਂ ਦੇ ਗੋਡਿਆਂ ਦੇ ਪੈਰਾਂ ਨੂੰ ਹੱਥ ਬਾਦਲ ਸਾਹਿਬ ਨੂੰ ਲਾ ਕੇ ਕਹਿੰਦੇ ਰਹੇ ਹਾਂ, ਬੇੜਾ ਗਰਕ ਕਰਤਾ, ਅਕਾਲੀ ਦਲ ਦਾ ਬੇੜਾ ਗਰਕ ਕਰਤਾ। ਜਦੋਂ 2017 'ਚ ਅਸੈਂਬਲੀ ਦੀ ਇਲੈਕਸ਼ਨ ਹੋਈ ਆ ਅਤੇ ਪਹਿਲੀ ਜਿਹੜੀ ਮੀਟਿੰਗ ਹੋਈ ਆ ਉਹਦੇ 'ਚ ਸੁਖਬੀਰ ਸਿੰਘ ਬਾਦਲ ਉੱਠ ਕੇ ਲੱਗਾ ਅਤੇ ਮੈਂ ਉੱਠ ਕੇ ਗੱਲ ਕਹੀ, ਅੱਜ ਕੋਈ ਕੰਮ ਨਾ ਹੋਰ ਕਰੋ, ਅੱਜ ਇਹੋ ਕੰਮ ਕਰੋ ਕਿ ਆਪਾਂ ਨੂੰ ਜਿਹੜਾ ਅਨੈਲਿਸਿਸ ਕਰੋ ਵੀ ਆਪਾਂ ਇੰਨੀ ਬੁਰੀ ਤਰ੍ਹਾਂ ਬੇਸ਼ਰਮੀ ਅਤੇ ਬੇਜਾਈ ਨਾਲ ਕਿੱਥੇ ਹਾਰੇ ਹਾਂ। ਅਤੇ ਬਾਦਲ ਸਾਹਿਬ ਨੇ ਮੈਨੂੰ, ਬਾਦਲ ਸਾਹਿਬ ਜਿਉਂਦੇ ਅਜੇ, ਪੁੱਛਿਓ ਮੇਰਾ ਨਹੀਂ ਖਿਆਲ ਮੁੱਕਰਨ ਗਿਓ, ਬਾਦਲ ਸਾਹਿਬ ਮੈਨੂੰ ਕਹਿੰਦਾ ਤੁਸੀਂ ਦੱਸੋ। ਅਤੇ ਮੈਂ ਉੱਥੇ ਉਹਨਾਂ ਨੂੰ ਫਿਰ ਆਖਿਆ ਵੀ ਬਾਦਲ ਸਾਹਿਬ ਇਹ ਜਿਹੜੇ ਆਹ ਜਿਹੜੇ ਸੁਖਬੀਰ ਸਿੰਘ ਬਾਦਲ ਆ ਇਹਦਾ ਸਾਲਾ, ਇਹਦੀਆਂ ਬੇਵਕੂਫੀਆਂ ਕਰਕੇ, ਇਹਨਾਂ ਦੀਆਂ ਗਲਤੀਆਂ ਕਰਕੇ, ਲੁੱਟ ਖਸੁੱਟ ਕਰਕੇ, ਆਹ ਜਿੰਨਾ ਅਖਬਾਰਾਂ ਦੇ ਵਿੱਚ ਰੋਜ਼ ਮਾਫੀਆ ਕਰਤਾ ਵਾ, ਉਹ ਕਰਤਾ, ਫਲਾਣ ਕਰ ਲਿਆ, ਲੁੱਟ, ਇਹਦਾ ਕਰਕੇ ਇਹ ਆਪਾਂ ਹਾਰੇ ਹਾਂ। ਅਤੇ ਬਾਦਲ ਸਾਹਿਬ ਮੈਨੂੰ ਕਹਿੰਦੇ ਫਿਰ ਦੱਸੋ। ਮੈਂ ਕਿਹਾ ਜੀ ਮੈਂ ਕੀ ਦੱਸਣ, ਤੁਸੀਂ ਦੱਸੋ, ਆਉਂਦੇ ਨਹੀਂ ਤੁਸੀਂ ਦੱਸੋ, ਤੁਸੀਂ ਬੜੇ ਸਿਆਣੇ ਆ। ਮੈਂ ਕਿਹਾ ਜੀ ਫਿਰ ਇਹ ਆ ਵੀ ਆਹ ਸੁਖਬੀਰ ਤੁਹਾਡਾ ਲੜਕਾ ਵਾ, ਪਾਰਟੀ ਦਾ ਪ੍ਰਧਾਨ, ਇਹਨੂੰ ਕੁਛ ਸਿਖਾ ਦੇਵੇ। ਜੇ ਗੱਲ ਨਾ ਕਹੀ ਹੋਵੇ, 100% ਸੱਚੀ ਨਾ ਹੋਵੇ, ਤੁਸੀਂ ਸਾਨੂੰ ਕਹਿ ਸਕਦੇ ਹਾਂ ਵੀ ਇਹ ਚੁੱਪ ਕਰਕੇ ਬੈਠੇ ਰਹੇ। 100% ਉਹਨਾਂ ਦੇ ਮੂੰਹ ਦੇ ਉੱਤੇ ਆਖਿਆ, ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਆਖਿਆ, ਪਹਿਲਾਂ ਵੀ ਆਉਂਦੇ ਰਹੇ ਹਾਂ ਅਤੇ ਜਦੋਂ ਫਿਰ ਹੁਣ ਵੀ ਆਖਿਆ, ਅਤੇ ਫਿਰ ਬਾਅਦ ਵਿੱਚ ਜਦੋਂ ਬਿਲਕੁਲ ਪਾਣੀ ਸਿਰਾਂ ਤੋਂ ਲੰਘ ਗਿਆ ਅਤੇ ਉਹ ਸਾਰਾ, ਹਾਂ, ਢੀਂਡਸਾ ਸਾਹਿਬ ਹੋਰਾਂ ਨੇ ਸਮਰਥਨ ਕੀਤਾ ਸੀ, ਢੀਂਡਸਾ ਸਾਹਿਬ ਹੋਰਾਂ ਨੇ ਸੈਕਿੰਡ ਕੀਤਾ ਸੀ, ਇਹਨਾਂ ਨੇ ਵੀ ਕੀਤਾ, ਸਮਰਥਨ ਕੀਤਾ ਸੀ, ਉੱਠ ਕੇ ਮੈਂ ਹੀ ਪਹਿਲੀ ਗੱਲ ਕੀਤੀ ਆ। ਲੇਕਿਨ ਇਹਨਾਂ ਸਾਰਿਆਂ ਨੇ, ਬਹੁਤ ਲੋਕ ਐਸੇ ਸੀ ਜਿਹੜੇ ਮੁੜ ਕੇ ਉੱਥੇ ਪਾਣੀ ਧਿਆਨੀ ਪਿਆਉਣ 'ਚ ਲੱਗ ਗਏ ਅਤੇ ਉਹ ਕਈ, ਉਹ ਅਗਲੀ ਗੱਲ ਨਹੀਂ ਮੈਂ ਦੱਸਣੀ ਕੀ ਹੋਇਆ ਉੱਥੇ, ਪਰ ਇੰਨੀ ਗੱਲ ਜ਼ਰੂਰ ਆ, ਅਗਲੀ ਤਾਂ ਫਿਰ ਤੁਸੀਂ ਆਪੇ ਹਿਸਾਬ ਲੈ ਲਓ ਵੀ ਜਦੋਂ ਕਿਤੇ ਪਿਓ ਦੀ ਹਾਜ਼ਰੀ ਦੇ ਵਿੱਚ ਪੁੱਤ ਨੂੰ ਕਿਹਾ ਹੋਵੇ ਜਾਂ ਪੁੱਤ ਦੀ ਹਾਜ਼ਰੀ 'ਚ ਪਿਓ ਨੂੰ ਕਿਹਾ ਹੋਵੇ ਤਾਂ ਫਿਰ ਕੀ ਹੁੰਦਾ ਵਾ, ਫਿਰ ਤਾਂ ਇਹ ਰੱਬ ਜਾਣਦਾ ਕੀ ਹੋਇਆ। ਫਿਰ ਮੇਰਾ ਮਤਲਬ ਇਹ ਆ, ਅਸੀਂ ਬਿਲਕੁਲ ਤੁਹਾਨੂੰ ਬਿਲਕੁਲ, ਤੁਸੀਂ ਮੰਨ ਲਓ ਗੱਲ ਬਈ, ਅਸੀਂ ਅਗਲੀ ਗੱਲ ਫਿਰ ਇਹ ਆ ਬਈ, ਦੱਸ ਦਿੰਦੇ ਆ, ਐਡੇ ਐਡੇ ਗਰੇਡੂ ਜਿਹੜੇ ਆ ਪ੍ਰਧਾਨ ਨੇ ਸੁੱਟੇ, ਐਡੇ ਮੋਟੇ ਮੋਟੇ ਅਥਰੂ ਸਿੰਘ ਬਾਦਲ ਭੁੱਬਾ ਮਾਰ ਕੇ ਰੋਣ ਲੱਗ ਪਿਆ। ਚਲੋ, ਮੇਰਾ ਮਤਲਬ ਇਹ ਆ ਬਈ, ਸਾਡਾ ਜਿਹੜਾ ਸਾਨੂੰ ਆਖੀ ਜਾਂਦੇ ਆ ਉਹ, ਅਸੀਂ ਤੇ 60 ਸਾਲ ਹੋ ਗਏ, ਪਹਿਲੀ ਜਿਹੜੀ ਜਾਇਦ ਮੈਂ ਕੱਟੀ ਆ ਪ੍ਰਤਾਪ ਸਿੰਘ ਕਰਨ ਦੀ ਕੱਟੀ, 60 ਸਾਲ ਹੋ ਗਿਆ, ਅਸੀਂ ਮਰ ਗਏ ਜੇਲ੍ਹਾਂ ਦੇ ਵਿੱਚ, ਕਦੀ ਮੁੰਬਈ ਅਤੇ ਕਦੀ ਕਲਕੱਤੇ ਅਤੇ ਕਦੀ ਸੈਲਮ, ਬਾਹਰਲੀਆਂ ਜੇਬਾਂ ਦੁਨੀਆਂ ਦੀਆਂ ਕੋਈ ਛੱਡੀਆਂ ਨਹੀਂ, ਅਤੇ ਸਾਰੀ ਉਮਰ ਮਰ ਗਏ। ਅਤੇ ਅੱਜ ਅਸੀਂ ਅੱਜ ਇਸ ਤਰ੍ਹਾਂ ਆਖੀ ਜਾਂਦੇ ਆ ਜੀ ਇਹ ਭਗੌੜੇ ਆ, ਇਹਨਾਂ ਨੂੰ ਕੌਣ ਪੁੱਛਦਾ, ਲੈ ਸਾਨੂੰ ਕੌਣ ਪੁੱਛਦਾ, ਕੋਈ ਨਾ ਪੁੱਛੇ, ਅਸੀਂ ਗਰੀਬ ਆਦਮੀ ਹਾਂ, ਪਰ ਅਸੀਂ ਗਲਤ ਹੱਕ ਸੱਚ ਦੀ ਕਰਦੇ ਹਾਂ ਨਾ। ਅਸੀਂ ਪ੍ਰਤਾਪ ਸਿੰਘ ਦੇ ਵੇਲੇ ਵੀ ਜੈਦਰ ਤੁਰ ਦੀ ਇਲੈਕਸ਼ਨ ਹੋਈ, ਉਦੋਂ ਵੀ ਡਟ ਕੇ ਮੁਖਾਲਫਤ ਕੀਤੀ ਸੀ ਔਰ ਉਦੋਂ ਵੀ ਕੈਦ ਕੱਟੀ, ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਕਿੰਨੀਆਂ ਕਿੱਦਾਂ ਕੱਟੀ। ਅੱਜ ਇਹ ਬੰਦੇ ਆ ਗਏ ਆ ਅਤੇ ਤੁਹਾਡੇ ਸਾਹਮਣੇ ਸਭ ਕੁਛ, ਸੋ ਕਿਰਪਾ ਕਰਕੇ। ਹਾਂਜੀ, ਉਹਦੀ ਜ਼ਿਆਦੀ ਆ, ਨਹੀਂ ਬਾਦਲ ਸਾਹਿਬ ਦੀ ਸਾਡੇ, ਨਹੀਂ ਨਹੀਂ ਵਾਈਟ ਪੇਪਰ ਜ਼ਿਆਦੀ ਆ, ਪਰ 2 ਨੰਬਰ 'ਤੇ ਮੇਰੀ ਆ। ਮੈਂ ਕਲੇਮ ਕਰਨਾ ਵੀ ਸੁਖਬੀਰ ਸਿੰਘ ਬਾਦਲ ਆਪਣੇ ਬਾਪ ਦਾ ਵੀ ਖਾਤਾ ਲਾਇਆ ਵੀ ਮੈਂ ਵੀ ਲੈ ਆਉਣਾ। ਮੇਰੇ ਬਾਪ ਦੀ ਜੇਲ੍ਹ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਨੂੰ ਵੱਧ ਆ ਅਤੇ ਮੇਰੀ ਸੁਖਬੀਰ ਨੂੰ ਵੱਧ ਆ। ਉਹਦੀ ਤਾਂ ਹੈ ਨਹੀਂ, ਉਹਦੇ ਵਿਆਹ ਹੀ ਨਹੀਂ ਜੇਲ੍ਹ ਦੇ ਵਿੱਚ। ਮੇਰੀ ਤੁਸੀਂ ਇੰਟਰਵਿਊ ਸਾਰਿਆਂ ਸੁਣ ਲਈ ਹੋਣੀ ਆ, ਜਗਬਾਣੀ ਟੀਵੀ ਨੇ ਜਿਹੜੀ ਕੀਤੀ ਆ, ਮੈਂ ਤਾਂ ਉਹਦੇ 'ਚ ਬੜਾ ਸਪਸ਼ਟ ਕਹਿ ਦਿੱਤਾ ਸੀ
ਤੇ ਇਹਨੂੰ ਧਰਮ ਬਾਰੇ ਜਾਣਕਾਰੀ ਕੋਈ ਨਹੀਂ, ਇਹਨੂੰ ਮਰਿਆਦਾ ਬਾਰੇ ਜਾਣਕਾਰੀ ਕੋਈ ਨਹੀਂ, ਤੇ ਉਹ ਸਾਬਤ ਹੋ ਗਿਆ ਤੇ ਉਹਨੂੰ ਇੰਨਾ ਵੀ ਨਹੀਂ ਪਤਾ ਵੀ ਅੰਮ੍ਰਿਤਧਾਰੀ ਸਿੰਘ ਕਦੋਂ ਬਣਿਆ।